ਅੰਮ੍ਰਿਤਸਰ ਦੀ ਜੇਲ੍ਹ ਦੇ ਬਾਹਰ ਇਲਾਕਾ ਨਿਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ। ਇਹ ਧਰਨਾ ਇਸ ਕਰਕੇ ਲਗਾਇਆ ਗਿਆ ਹੈ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰ ਸਰਕਾਰ ਵੱਲੋਂ ਜੇਲ੍ਹ ਦੇ ਅੰਦਰ ਮੋਬਾਈਲ ਵਰਤੋਂ ਰੋਕਣ ਦੇ ਲਈ ਅੰਦਰ ਜੈਂਬਰ ਲਗਾਏ ਗਏ ਨੇ, ਔਰ ਨਤੀਜਾ ਇਹ ਹੈਗਾ ਕਿ ਆਸ ਪਾਸ ਦੀਆਂ ਇਲਾਕੇ ਦੇ ਜਿੰਨੇ ਵੀ ਵਸਨੀਕ ਹੈ ਉਹਨਾਂ ਦੇ ਵੀ ਫੋਨ ਬੰਦ ਹੋ ਗਏ। ਨਾ ਫੋਨ ਆ ਸਕਦਾ ਹੈ, ਨਾ ਜਾ ਸਕਦਾ ਹੈ। ਕੋਈ ਐਮਰਜੈਂਸੀ ਉਹਨਾਂ ਨੂੰ ਪੈ ਜਾਵੇ, ਕਿਸੇ ਨੂੰ ਫੋਨ ਕਰਨਾ ਪੈ ਜਾਵੇ, ਤਾਂ ਬੜੀ ਦਿੱਕਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ। ਅੱਜ ਇਸ ਚੀਜ਼ ਦੀ ਮੰਗ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਇੱਥੇ ਧਰਨਾ ਪ੍ਰਦਰਸ਼ਨ ਲਗਾਇਆ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀ ਜਿਹੜੇ ਵੱਖ ਵੱਖ ਇਲਾਕਿਆਂ 'ਚ ਰਹਿੰਦੇ ਨੇ ਉਹਨਾਂ ਵੱਲੋਂ ਇਹ ਧਰਨਾ ਇੱਥੇ ਲਗਾਇਆ ਗਿਆ ਹੈ, ਔਰ ਇਹ ਧਰਨਾ ਜਦ ਤੱਕ ਲੱਗਾ ਰਹੇਗਾ ਜਦ ਤੱਕ ਇਹਨਾਂ ਨੂੰ ਆਸ਼ਵਾਸਨ ਨਹੀਂ ਮਿਲੇਗਾ। ਤੁਸੀਂ ਦੇਖਦੇ ਹੋ ਬੀਜੇਪੀ ਵੱਲੋਂ, ਬੀਜੇਪੀ ਦੇ ਪ੍ਰਧਾਨ ਹਰਵਿੰਦਰ ਸੰਧੂ ਔਰ ਹਲਕਾ ਇੰਚਾਰਜ ਡਾਕਟਰ ਚਾਵਲਾ ਵੀ ਇੱਥੇ ਮੌਜੂਦ ਨੇ। ਸੋ ਇਹ ਧਰਨਾ ਜਿਹੜਾ ਹੈ ਇਲਾਕਾ ਨਿਵਾਸੀਆਂ ਵੱਲੋਂ ਇਸ ਕਰਕੇ ਲਗਾਇਆ ਗਿਆ ਹੈ ਕਿ ਜੇਲ੍ਹ ਦੇ ਵਿੱਚ ਜੈਮਰ ਲਗਾਏ ਗਏ ਨੇ ਮੋਬਾਈਲ ਵਰਤੋਂ ਨੂੰ ਰੋਕਣ ਦੇ ਲਈ, ਪਰ ਇਸ ਮੋਬਾਈਲ ਵਰਤੋਂ ਨੂੰ ਰੋਕਣ ਦੇ ਨਾਲ ਨਾਲ ਜਿਹੜਾ ਸਥਾਨਕ ਲੋਕ ਹੈ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਪਰੇਸ਼ਾਨੀ ਬਹੁਤ ਹੈ, ਇਲਾਕੇ 'ਚ ਫੋਨ ਨਹੀਂ ਚੱਲਦਾ। ਤੁਸੀਂ ਨਜ਼ਦੀਕ ਰਹਿੰਦੇ ਹੋ, ਇੱਥੇ ਦੂਰ ਚੱਲ ਕੇ ਥੋੜ੍ਹਾ ਜਿਹਾ ਅੱਗੇ ਜਾ ਕੇ ਫਤਿਹ ਸਿੰਘ ਕਲੋਨੀ ਹੈ, ਉੱਥੇ ਵੀ ਇਹੋ ਜਿਹੀ ਸਮੱਸਿਆ ਆਉਂਦੀ ਹੈ। ਉੱਥੇ ਵੀ ਕਈ ਵਾਰ ਫੋਨ ਨਹੀਂ ਲੱਗਦੇ। ਕੀ ਤੁਸੀਂ ਮਹਿਸੂਸ ਕਰਦੇ ਹੋ? ਜੇਲ੍ਹ ਪ੍ਰਸ਼ਾਸਨ ਨੇ ਤਾਂ ਇਹ ਲਗਾਇਆ ਕਿ ਅੰਦਰ ਜਿਹੜੀ ਹੈ ਫੋਨ ਵਰਤੋਂ ਬੰਦ ਹੋ ਜਾਏ, ਪਰ ਲੋਕਾਂ ਦੇ ਫੋਨ ਬੰਦ ਹੋ ਗਏ, ਬਹੁਤ ਪਰੇਸ਼ਾਨੀ ਹੈ। ਬਹੁਤ ਪਰੇਸ਼ਾਨੀ ਹੈ ਜੀ, ਔਰ ਪਿਛਲੇ 1.5 ਸਾਲ ਤੋਂ ਜਿਹੜੀ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ, ਔਰ ਪਹਿਲਾਂ ਵੀ ਅਸੀਂ 2 ਵਾਰ ਜਿਹੜਾ 4 ਵਾਰ ਜੇਲ੍ਹ ਸੁਪਰਡੈਂਟ ਦੇ ਅੰਦਰ ਨਾਲ ਮੁਲਾਕਾਤ ਕਰ ਚੁੱਕੇ ਹਾਂ, ਜੇਲ੍ਹ ਪ੍ਰਸ਼ਾਸਨ ਦੇ ਨਾਲ ਕਰ ਚੁੱਕੇ ਹਾਂ, ਔਰ ਜੇਲ੍ਹ ਪ੍ਰਸ਼ਾਸਨ ਵੱਲੋਂ ਹਰ ਵਾਰ ਜਿਹੜਾ ਇਹ ਵਿਸ਼ਵਾਸ ਦਿਵਾਇਆ ਜਾਂਦਾ ਕਿ ਇਹ ਜਿਹੜੀ ਰੇਂਜ ਆ, ਜਿਹੜਾ ਜੈਂਬਰ ਲਗਾਇਆ, ਇਹਨੂੰ ਹਟਾ ਦਿੱਤਾ ਜਾਏਗਾ, ਲੇਕਿਨ ਜੇਲ੍ਹ ਦੇ ਅੰਦਰ ਫੋਨ ਜਿਹੜੇ ਬਿਲਕੁਲ ਚੱਲ ਰਹੇ ਆ। ਬਾਹਰ ਜਿੰਨੀਆਂ ਵੀ ਆਸ ਪਾਸ ਵਾਹਿਗੁਰੂ ਸਿਟੀ, ਦਸ਼ਮੇਸ਼ ਵਿਹਾਰ, ਠਾਕੁਰ ਜੀ ਸਿਟੀ ਜਾਂ ਪ੍ਰਤਾਪਪੁਰ ਅੱਡਾ, ਪ੍ਰਤਾਪਪੁਰ ਪਿੰਡ, ਜਿੰਨੇ ਵੀ ਦੁਕਾਨਦਾਰ, ਹਰ ਇੱਕ ਕਾਰੋਬਾਰ ਨੂੰ ਇਹਦੇ ਵਿੱਚ ਜਿਹੜੀ ਪਰੇਸ਼ਾਨੀ ਆ ਰਹੀ ਆ, ਅਤੇ ਉਹਦੀਆਂ ਮੁਸ਼ਕਲਾਂ ਕਰਕੇ ਅੱਜ ਜਿਹੜਾ ਇਹ ਧਰਨਾ ਲਾਇਆ ਪੂਰਾ ਕਲੋਨੀ ਨਿਵਾਸੀਆਂ ਵੱਲੋਂ, ਪ੍ਰਤਾਪਪੁਰ ਅੱਡੇ ਵੱਲੋਂ ਜਿਹੜਾ ਧਰਨਾ ਲੱਗਾ, ਕਿਉਂਕਿ ਦੁਕਾਨਦਾਰ ਦਾ ਵੀ ਜਿਹੜਾ ਬਿਜ਼ਨਸ ਅੱਜ ਕੱਲ੍ਹ ਫੋਨ ਦੇ ਸਿਰ 'ਤੇ, ਔਰ ਸਾਰੇ ਦੁਕਾਨਦਾਰ ਜਿੰਨੇ ਆ, ਮਾਰਕੀਟ ਆ ਪ੍ਰਤਾਪਪੁਰ ਅੱਡੇ ਦੀ, ਸਾਰਾ ਜਿਹੜਾ ਅੱਡਾ ਇਸ ਟਾਈਮ ਕਾਰੋਬਾਰ ਠੱਪ ਹੋ ਚੁੱਕਿਆ ਜੀ। ਇਹ ਮੈਂ ਦੱਸਣਾ ਚਾਹਾਂਗਾ, ਇਹ ਰੋਡ ਜਿਹੜੀ ਹੈ ਝਬਾਲ ਰੋਡ, ਝਬਾਲ ਨੂੰ ਜਾਂਦੀ ਹੈ, ਝਬਾਲ ਦੇ ਨਾਲ ਖੇਮ ਕਰਨ ਔਰ ਉਸ ਤੋਂ ਅੱਗੇ ਏਰੀਆ ਹੈ, ਤਰਨ ਤਾਰਨ ਡਿਸਟ੍ਰਿਕਟ ਨੂੰ ਪੈਂਦੀ ਹੈ। ਇਸ ਰੋਡ ਦੇ ਉੱਤੇ ਇਹ ਸੈਂਟਰ ਜੇਲ੍ਹ ਜਿਹੜੀ ਆ ਸ਼ਿਫਟ ਹੋ ਗਈ ਸੀਗੀ, ਔਰ ਬਾਰ ਬਾਰ ਇਹ ਮੰਗ ਉੱਠਦੀ ਸੀਗੀ ਕਿ ਇੱਥੇ ਅੰਦਰ ਜਿਹੜੀ ਫੋਨ ਦੀ ਵਰਤੋਂ ਹੈ ਕੈਦੀਆਂ ਵੱਲੋਂ ਕੀਤੀ ਜਾਂਦੀ ਹੈ, ਉਹ ਕਰਕੇ ਇੱਥੇ ਜੈਮਰ ਲਗਾਏ ਜਾਣੇ ਚਾਹੀਦੇ ਨੇ, ਪਰ ਜੈਮਰ ਲਗਾਉਣ ਦਾ ਨਤੀਜਾ ਇਹ ਹੋਇਆ ਹੈ ਕਿ ਸਥਾਨਕ ਲੋਕਾਂ ਨੂੰ ਬਹੁਤ ਦਿੱਕਤ ਆਈ ਹੈ, ਬਹੁਤ ਜ਼ਿਆਦਾ ਮੁਸ਼ਕਲ ਉਹਨਾਂ ਨੂੰ ਪੇਸ਼ ਆ ਰਹੀ ਹੈ। ਬੀਜੇਪੀ ਦੇ ਪ੍ਰਧਾਨ ਨੇ ਸਾਡੇ ਨਾਲ, ਹਰਵਿੰਦਰ ਜੀ, ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇੱਥੋਂ ਦੇ ਲੋਕਾਂ ਨੂੰ, ਤੁਸੀਂ ਅੱਜ ਧਰਨਾ ਵੀ ਲਗਾ ਲਿਆ, ਕੀ ਤੁਹਾਨੂੰ ਆਸ ਲੱਗੀ ਹੈ ਕਿ ਲੱਗਦਾ ਹੈ ਕਿ ਲੋਕਾਂ ਦੀ ਸਮੱਸਿਆ ਦੂਰ ਹੋ ਗਈ? ਦੇਖੋ, ਲੋਕਾਂ ਦੀਆਂ ਸਮੱਸਿਆਵਾਂ ਤਾਂ ਇਹਨਾਂ ਨੂੰ ਦੂਰ ਕਰਨੀਆਂ ਪੈਣਗੀਆਂ, ਇਹ ਜ਼ਰੂਰੀ ਨਹੀਂ ਕਿ ਸਰਕਾਰ ਹੀ ਸਮੱਸਿਆ, ਜੇ ਸਰਕਾਰ ਸਫਲ ਹੋਈ ਹੈ ਸਾਰੇ ਲੋਕਾਂ ਦੀਆਂ ਸਮੱਸਿਆ ਕਰਨ ਲਈ, ਤਾਂ ਹੀ ਅਸੀਂ ਲੋਕ ਸੜਕਾਂ 'ਤੇ ਬੈਠੇ ਹਾਂ। ਸਾਡੀ ਜ਼ਿੰਮੇਵਾਰੀ ਹੈ, ਭਾਰਤੀ ਜਨਤਾ ਪਾਰਟੀ ਦਾ ਹਰ ਵਰਕਰ ਪਬਲਿਕ ਦੇ ਨਾਲ ਖੜ੍ਹਾ ਹੈ। ਜੇ ਅੱਜ ਇਹ ਪਰੇਸ਼ਾਨੀ ਇਹਨਾਂ ਦੀ ਅਸੀਂ ਆਪ ਲਈ ਹੈ, ਜੇ ਨਹੀਂ ਕਰਨਗੇ ਸਾਨੂੰ ਕੋਈ ਵੀ ਕਦਮ ਚੁੱਕਣਾ ਪਏਗਾ, ਅਸੀਂ ਤਿਆਰ ਹਾਂ। ਇਹ ਪਬਲਿਕ ਦੀ ਇਹ ਜਿਹੜੀ ਪ੍ਰੋਬਲਮ ਹੈ, ਸਾਡੇ ਇੱਥੋਂ ਦੇ ਹਲਕਾ ਦੇ ਇੰਚਾਰਜ ਨੇ ਡਾਕਟਰ ਰਾਮ ਚਾਵਲਾ ਜੀ, ਮੰਡਲ ਅਧਿਅਕਸ਼ ਨੇ ਸਾਡੇ ਟਹਿਲ ਸਿੰਘ ਜੀ, ਅਤੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਸਾਥੀ ਜੀ ਇੱਥੇ ਆਏ ਨੇ। ਆਪਾਂ ਮਹਿਸੂਸ ਕਰਦੇ ਹਾਂ ਕਿ ਅੱਜ ਉਹ ਪ੍ਰਸ਼ਾਸਨ ਹੈ ਸਾਡੇ ਨਾਲ ਗੱਲਬਾਤ ਕਰੇ, ਔਰ ਵਿਸ਼ਵਾਸ ਦਵਾਓ ਵੀ ਇਹ ਸਮੱਸਿਆ ਦੂਰ ਹੋਏਗੀ, ਜੇ ਨਹੀਂ ਹੋਏਗੀ
ਅਤੇ ਆਪਾਂ ਜ਼ਰੂਰ ਇੱਥੇ ਤਾਂ ਅੱਜ ਇਹਨਾਂ ਨੂੰ ਇੱਕ ਸਿਰਫ ਟ੍ਰੇਲਰ ਹੀ ਦਿੱਤਾ, ਇਹ ਤੋਂ ਵੱਡਾ ਸਾਰੀ ਭਾਰਤੀ ਜਨਤਾ ਪਾਰਟੀ ਇੱਥੇ ਸਾਰੀਆਂ ਸੜਕਾਂ ਜਾਮ ਕਰੇਗੀ ਅਤੇ ਇਹ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਦੂਰ ਕਰੇਗੀ ਜੀ। ਤੁਸੀਂ ਦੇਖਿਆ ਕਿ ਸਥਾਨਕ ਲੋਕ ਜਿੱਥੇ ਇਸ ਧਰਨੇ ਦੇ ਵਿੱਚ ਸ਼ਾਮਿਲ ਨੇ ਉੱਥੇ BJP ਵੱਲੋਂ ਵੀ ਇਹ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ, ਹਲਕਾ ਇੰਚਾਰਜ ਔਰ ਜ਼ਿਲ੍ਹਾ ਪ੍ਰਧਾਨ ਵੀ ਇੱਥੇ ਪਹੁੰਚੇ ਹੋਏ ਨੇ। ਔਨਲਾਈਨ ਕਲਾਸਿਸ ਲੱਗਦੀਆਂ ਨੇ, ਬੱਚਿਆਂ ਲਈ ਵੀ ਦਿੱਕਤ ਆ ਰਹੀ ਹੈ ਔਨਲਾਈਨ ਕਲਾਸਿਸ, ਕਿਉਂਕਿ ਫੋਨ ਨਹੀਂ ਚੱਲ ਰਹੇ ਨੇ ਔਰ ਉਹਨਾਂ ਨੂੰ ਦਿੱਕਤ ਆ ਰਹੀ ਹੈ। ਇਸ ਤੋਂ ਇਲਾਵਾ ਵਪਾਰ ਜਿਹੜਾ ਹੈ ਉਹ ਵੀ ਬਹੁਤ ਪ੍ਰਭਾਵਿਤ ਹੋ ਰਿਹਾ ਹੈ, ਕਿਉਂਕਿ ਇਸ ਏਰੀਏ ਦੇ ਵਿੱਚ ਫੋਨ ਨਹੀਂ ਚੱਲ ਰਹੇ ਅਤੇ ਲੋਕ ਉਹਦੇ ਨਾਲ ਦੋ ਚਾਰ ਹੋ ਰਹੇ ਨੇ। ਅੱਜ ਕੱਲ੍ਹ ਜਿਸ ਤਰ੍ਹਾਂ ਕਲਾਸਿਸ ਚੱਲਦੀਆਂ ਨੇ, ਔਨਲਾਈਨ ਕਲਾਸਿਸ ਚੱਲਦੀਆਂ, ਬੱਚਿਆਂ ਦੀ ਪ੍ਰਭਾਵ ਬੜਾ ਪੈਂਦਾ, ਉਹਨਾਂ ਦੀ ਪੜ੍ਹਾਈ ਵੀ ਪ੍ਰਭਾਵ ਹੁੰਦੀ ਹੋਏਗੀ, ਕਿਉਂਕਿ ਇਹ ਏਰੀਆ ਦੇ ਵਿੱਚ ਫੋਨ ਬਿਲਕੁਲ ਨਹੀਂ ਚੱਲ ਰਹੇ। ਬੜੇ ਬਿਲਕੁਲ ਬਹੁਤ ਦਿੱਕਤ ਆ ਜੀ, ਬੱਚੇ ਜਿਹੜੇ ਅੱਜ ਔਨਲਾਈਨ ਜੋ ਪੜ੍ਹਾਈ ਕਰਦੇ ਆ ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਆ, ਕੋਈ ਪੜ੍ਹਾਈ ਨਹੀਂ ਹੋ ਰਹੀ, ਕੋਈ ਫੋਨ ਨਹੀਂ ਸਾਡਾ ਚੱਲਦਾ, ਕਿਸੇ ਤਰ੍ਹਾਂ ਦੀ ਜਿਹੜੀ ਕੋਈ ਕਿਸੇ ਕੋਈ ਪਰੇਸ਼ਾਨੀ ਆਉਂਦੀ ਆ, ਜਿਵੇਂ ਕੋਈ ਐਂਬੂਲੈਂਸ ਵਗੈਰਾ ਮੰਗਾਉਣੀ ਆ, ਕੋਈ ਬਿਮਾਰ ਹੋ ਜਾਂਦਾ ਵਾ, ਕਿਸੇ ਨੂੰ ਫੋਨ ਹੀ ਨਹੀਂ ਹੁੰਦਾ, ਐਂਬੂਲੈਂਸ ਕਿੱਦਾਂ ਦੂਜਾ ਮੰਗਾ ਸਕਦੇ ਹਾਂ। ਇੰਨੀ ਵਾਰ ਜਿਹੜਾ ਵਾ ਜੇਲ੍ਹ ਸੁਪਰਡੈਂਟ ਸਾਹਿਬ ਨੂੰ ਅਸੀਂ 3-4 ਵਾਰੀ ਵਿੱਚ ਜਾ ਕੇ ਮਿਲਦੇ ਰਹੇ ਵਾਂ, ਉਹਦੇ ਘੜੀ ਰਿਕੁਐਸਟ ਕਰਦੇ ਰਹੇ ਹਾਂ ਵੀ ਤੁਸੀਂ ਜਿਹੜੀ ਰੇਂਜ ਘਟਾਓ ਆਪਣੀ, ਤੁਸੀਂ ਜੇਲ੍ਹ ਦੇ ਅੰਦਰ ਰੱਖੋ, ਪਰ ਜੇਲ੍ਹ ਦੇ ਅੰਦਰ ਫੋਨ ਚੱਲ ਰਹੇ ਆ ਰੋਜ਼। ਜਿਹੜੀ ਆ ਸਾਡੀ ਬਤਾਬਰ ਚੌਂਕੀ ਦੇ ਵਿੱਚ 3-3, 4-4 ਮੁਕੱਦਮੇ ਜਿਹੜੇ ਆ ਦਰਜ ਹੁੰਦੇ ਆ ਫੋਨਾਂ ਦੇ, ਉਹ ਕਿੱਥੋਂ ਆਉਂਦੇ ਆ, ਉਹ ਕਿਸ ਤਰ੍ਹਾਂ ਜਾਂਦੇ ਆ, ਉਹ ਇਹਨਾਂ ਦੀ ਮਿਲੀ ਭੁਗਤ ਦੇ ਨਾਲ ਹੀ ਜਾਂਦੇ ਆ। ਪਰ ਜਿਹੜੇ ਬਾਹਰ ਲੋਕ ਨੇ ਉਹ ਪਰੇਸ਼ਾਨ ਨੇ, ਉਹਨਾਂ ਦੇ ਫੋਨ ਚੱਲਦੇ ਨਹੀਂ ਆ, ਉਹਨਾਂ ਦੇ ਫੋਨ ਚੱਲਦੇ ਨਹੀਂ ਆ। ਅੰਦਰ ਜਿਹੜੇ ਜੇਲ੍ਹ ਦੇ ਅੰਦਰ ਜਿਹੜੇ ਕੈਦੀ ਨੇ ਜਾਂ ਹਵਾ ਲੱਟ ਗਏ ਨੇ, ਉਹਨਾਂ ਦੇ ਫੋਨ ਚੱਲ ਰਹੇ ਆ। ਪਰੇਸ਼ਾਨੀ ਬਹੁਤ ਹੈ, ਜਿਸ ਤਰ੍ਹਾਂ ਕੋਈ ਐਮਰਜੈਂਸੀ ਸੇਵਾ ਪੈ ਜਾਂਦੀ ਹੈ ਤੁਹਾਡੇ ਕੋਲ ਫੋਨ ਹੀ ਨਹੀਂ ਚੱਲੇਗਾ, ਕਿਸ ਤਰ੍ਹਾਂ ਤੁਸੀਂ ਕੰਟੈਕਟ ਕਰੋਗੇ, ਕਿਸੇ ਨੂੰ ਕਿਸ ਤਰ੍ਹਾਂ ਬੁਲਾਓਗੇ, ਕਿਉਂਕਿ ਇੱਥੇ ਫੋਨ ਇਸ ਏਰੀਆ ਦੇ ਵਿੱਚ ਕੁਝ ਏਰੀਆ ਨੇ, ਕੁਝ ਇਲਾਕੇ ਦੇ ਲੋਕ ਪਰੇਸ਼ਾਨ ਨੇ ਅੱਜ ਜਿਹੜੇ ਸੜਕਾਂ 'ਤੇ ਬੈਠੇ ਹੋਏ ਨੇ। ਦੇਖੋ ਜੀ ਇੱਥੇ ਕਾਫੀ ਹੈ, ਭਰਾੜੀਵਾਲ ਪ੍ਰਤਾਪਪੁਰ ਮੇਨ ਅੱਡਾ ਜਿਹੜਾ ਝਬਾਲ ਰੋਡ ਦਾ ਆਪਣਾ ਪ੍ਰਤਾਪਪੁਰ ਅੱਡਾ, ਇਹ ਸਾਰਾ ਏਰੀਆ ਜਿਹੜਾ ਕਿ ਨਹੀਂ ਬੰਦ ਹੋ ਜਾਂਦਾ ਵਾ ਜਦੋਂ ਕੀ ਨਾਲ ਦਾ ਕੋਈ ਕਿਸੇ ਨੂੰ ਐਮਰਜੈਂਸੀ ਦੀ ਲੋੜ ਪਵੇ, ਕੋਈ ਬੰਦਾ ਕਿਸੇ ਦਾ ਮਸਲਾ ਹੱਲ ਨਹੀਂ ਹੋ ਸਕਦਾ। ਥੋੜ੍ਹੇ ਦਿਨ ਪਹਿਲਾਂ ਹੀ ਕੀ ਨਾਲ ਦਾ ਆਪਣੇ ਕੌਂਸਲਰ ਸਾਹਿਬ ਦਾ ਬੇਟਾ ਜੇਲ੍ਹ ਦੇ ਗਾੜੀ ਇਹਨਾਂ ਦੀ ਕੀ ਨਾਲ ਦਾ ਡੈਥ ਹੋ ਗਈ, ਕਿਸੇ ਨੂੰ ਫੋਨ ਕਰਨ ਦਾ ਮੌਕਾ ਨਹੀਂ ਮਿਲਿਆ ਵੀ ਆਹ ਗੱਲ ਹੋ ਗਈ ਆ, ਅਤੇ ਇਸ ਕਰਕੇ ਜੇਲ੍ਹ ਪ੍ਰਸ਼ਾਸਨ ਦੀ ਬਹੁਤ ਬੜੀ ਕੀ ਨਾਲ ਦਾ ਨਿਖੇਧੀ ਵਾਲੀ ਗੱਲ ਆ, ਅਤੇ ਇਹਨਾਂ ਨੂੰ ਚਾਹੀਦਾ ਵੀ ਜਿਹੜਾ ਪਿੰਡ ਦੀ ਜਿਹੜੀ ਕੀ ਨਾਲ ਲੋਕ ਉਹਨਾਂ ਨੂੰ ਮੋਬਾਈਲ ਚੱਲਣੇ ਚਾਹੀਦੇ ਆ, ਇਸ ਕਰਕੇ ਇਸ ਦਾ ਮਸਲਾ ਹੱਲ ਹੋਣਾ ਚਾਹੀਦਾ। ਅੱਜ ਜਿਹੜਾ ਧਰਨਾ ਹੈਗਾ ਇਹ ਸਿਰਫ ਅੱਜ ਦੀ ਤਰੀਕ 'ਤੇ ਹੀ ਹੈ ਕਿ ਬਸ ਉਸ ਤੋਂ ਬਾਅਦ ਕੋਈ ਅੱਗੇ ਵੀ ਤੁਹਾਡਾ ਪਲਾਨ ਹੈਗਾ? ਨਹੀਂ ਜੀ ਨਹੀਂ, ਅੱਜ ਦੀ ਤਰੀਕ ਦੀ ਨਹੀਂ ਹੈਗਾ, ਜੇ ਸਾਡਾ ਮਸਲਾ ਅੱਜ ਹੱਲ ਨਾ ਹੋਇਆ ਤਾਂ ਅਸੀਂ ਭੰਡਾਰੀ ਪੁੱਲ ਵੀ ਜਾਮ ਕਰਾਂਗੇ, ਸਾਰੀ ਸੰਗਤ ਸਾਡੇ ਨਾਲ ਆ, ਅਸੀਂ ਵੱਧ ਚੜ੍ਹ ਕੇ ਕੀ ਨਾਲ ਦਾ ਇਹਨਾਂ ਦਾ ਵਿਰੋਧ ਕਰਾਂਗੇ ਜੇਲ੍ਹ ਪ੍ਰਸ਼ਾਸਨ ਦਾ। ਤੁਸੀਂ ਦੇਖਿਆ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਐਮਰਜੈਂਸੀ ਸੇਵਾਵਾਂ ਨੇ, ਬੱਚਿਆਂ ਦੀ ਪੜ੍ਹਾਈ ਹੈ ਉਹ ਵੀ ਔਨਲਾਈਨ ਹੈ, ਔਰ ਮੋਬਾਈਲ ਜਿਹੜਾ ਕਿ ਅੱਜ ਦੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਇੱਕ ਜ਼ਰੂਰਤ ਬਣ ਚੁੱਕਿਆ ਹੈ ਕਿ ਉਸ ਤੋਂ ਬਗੈਰ ਨਹੀਂ ਰਿਹਾ ਜਾ ਸਕਦਾ। ਔਨਲਾਈਨ ਕਲਾਸਿਸ ਹੈ, ਐਮਰਜੈਂਸੀ ਸੇਵਾਵਾਂ ਨੇ, ਵਪਾਰ ਹੈ, ਸਭ ਕੁਝ ਮੋਬਾਈਲ ਦੇ ਉੱਤੇ ਨਿਰਭਰ ਕਰਦਾ ਹੈ, ਔਰ ਮੋਬਾਈਲ ਇੱਥੇ ਸੈਂਟਰ ਜੇਲ੍ਹ ਜਿਹੜੀ ਬਾਰ ਬਾਰ ਇੱਥੋਂ ਮੰਗ ਕੀਤੀ ਜਾਂਦੀ ਸੀ ਕਿ ਇਸ ਜੇਲ੍ਹ ਦੇ ਅੰਦਰੋਂ ਮੋਬਾਈਲ ਜਿਹੜੇ ਦੀ ਵਰਤੋਂ ਹੁੰਦੀ ਹੈ ਉਸ ਕਰਕੇ ਇਹਦੇ ਅੰਦਰ ਜੈਮਰ ਲਗਾਇਆ ਜਾਏ, ਪਰ ਜੈਮਰ
ਲੱਗਣ ਤੋਂ ਬਾਅਦ ਉਸਦੀ ਰੇਂਜ ਇਸ ਕਦਰ ਹੈ ਕਿ ਆਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਦੇ ਵੀ ਫੋਨ ਬੰਦ ਹੋ ਗਏ, ਵਪਾਰ ਵੀ ਬੰਦ ਹੋ ਗਏ ਨੇ। ਇਸ ਕਰਕੇ ਦੁਖੀ ਹੋ ਕੇ ਇਲਾਕਾ ਨਿਵਾਸੀਆਂ ਵੱਲੋਂ ਅੱਜ ਚੁਬਾਰ ਰੋਡ ਬੰਦ ਕੀਤੀ ਗਈ ਹੈ ਅਤੇ ਪ੍ਰਦਰਸ਼ਨ ਕੀਤਾ ਗਿਆ ਹੈ ਤਾਂ ਜੋ ਸਰਕਾਰ ਦੇ ਕੰਨ 'ਤੇ ਜੂੰ ਸਿਰਕੇ ਅਤੇ ਔਰ ਪ੍ਰਸ਼ਾਸਨ ਦੇ ਕੰਨ 'ਤੇ ਜੂੰ ਸਿਰਕੇ ਔਰ ਉਸ ਮਸਲੇ ਦਾ ਹੱਲ ਕੀਤਾ ਜਾਏ ਤਾਂ ਜੋ ਉਹਨਾਂ ਦੇ ਬੱਚੇ ਨੇ ਉਹ ਔਨਲਾਈਨ ਪੜ੍ਹਾਈ ਕਰ ਸਕਣ, ਉਹਨਾਂ ਨੂੰ ਕੋਈ ਐਮਰਜੈਂਸੀ ਸੇਵਾਵਾਂ ਪੈਂਦੀਆਂ ਨੇ ਉਹ ਕਿਸੇ ਨੂੰ ਸੱਦਾ ਫੋਨ ਕਰਕੇ ਸੱਦਾ ਦੇ ਸਕਦੇ ਹੋਣ ਕਿ ਵੀ ਉਹਨਾਂ ਨੂੰ ਰਾਹਤ ਦਿੱਤੀ ਜਾ ਸਕੇ ਜਾਂ ਹੋਰ ਕੋਈ ਪ੍ਰੋਬਲਮ ਹੈ ਤਾਂ ਇੱਥੇ ਆ ਸਕਦੇ ਨੇ, ਵਪਾਰ ਖੋਲ੍ਹ ਕੇ ਕੀਤਾ ਜਾ ਸਕਦਾ ਹੈ। ਇਸ ਕਰਕੇ ਇਲਾਕਾ ਵਾਸੀਆਂ ਵੱਲੋਂ ਇਹ ਧਰਨਾ ਲਾਇਆ ਗਿਆ ਸੀਗਾ। ਧਰਨੇ ਦੇ ਵਿੱਚ ਸ਼ਾਮਿਲ ਹੋਏ ਸਨ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਔਰ ਇਲਾਕਾ ਹਲਕਾ ਨਿਵਾਸੀ ਹਲਕਾ ਪ੍ਰਧਾਨ ਜਿਹੜੇ ਨੇ ਉਹ ਵੀ ਇੱਥੇ ਸ਼ਾਮਿਲ ਹੋਏ ਸਨ। ਹੁਣ ਇਹਨਾਂ ਦਾ ਹੱਲ ਕੀ ਨਿਕਲੇਗਾ ਇਹ ਸਮਾਂ ਦੱਸੇਗਾ। ਕੈਮਰਾ ਪਰਸਨ ਮੁਕੇਸ਼ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।